26 ਜਨਵਰੀ ਦੇ ਚੱਲਦਿਆਂ ਲਗਾਤਾਰ ਤਿੰਨ ਤਿੰਨ ਪੁਲਿਸ ਮੁਸਤੈਦ ਦਿਖਾਈ ਦੇ ਰਹੀ ਹੈ ਔਰ ਜ਼ਿਲ੍ਹੇ ਦੇ ਵਿੱਚ ਨਾਕੇਬੰਦੀ ਕੀਤੀ ਗਈ ਹੈ। ਇਸੇ ਦੌਰਾਨ ਅੱਜ ਤਰਨ ਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਥਾਰ ਸਵਾਰ ਨਸ਼ਾ ਤਸਕਰ ਨੂੰ ਕਾਬੂ ਕੀਤਾ, ਜਿਸ ਦੇ ਕੋਲੋਂ 1 ਕਿਲੋ 300 ਗ੍ਰਾਮ ਹੀਰੋਇਨ ਔਰ ਡਰੱਗ ਮਨੀ ਅਤੇ 9 MM ਦੇ 2 ਵਿਦੇਸ਼ੀ ਪਿਸਤੌਲ ਜਿਹੜੇ ਇੰਪੋਰਟੈਂਟ ਨੇ ਉਹ ਬਰਾਮਦ ਕੀਤੇ ਗਏ ਨੇ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਫੜਿਆ ਗਿਆ ਨਸ਼ਾ ਤਸਕਰ ਜਿਹੜਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਹ ਜੀ ਸਪੈਸ਼ਲ ਨਾਕਾਬੰਦੀ ਜਿਹੜੀ 26 ਜਨਵਰੀ ਦੇ ਰਿਪਬਲਿਕ ਡੇ ਦੇ ਸੰਬੰਧ 'ਚ ਸਾਡੀ ਚੱਲ ਰਹੀ ਹੈ। ਡੇਲੀ ਕੋਈ ਨਾ ਕੋਈ ਓਪਰੇਸ਼ਨ ਹੁੰਦਾ, ਕਦੀ ਕੈਸ ਓਪਰੇਸ਼ਨ, ਅਤੇ ਕੱਲ੍ਹ ਰਾਤ ਸਾਡੇ ਸਪੈਸ਼ਲ ਨਾਕਾਬੰਦੀ ਸੀਗੀ। ਸਬ ਇੰਸਪੈਕਟਰ ਚਰਨਜੀਤ ਜਿਹੜਾ ਉਹਨੇ ਸਰਵਿਸ ਰੋਡ ਬਾਠ ਪੁੱਲ ਪੰਡੋਰੀ ਗੋਲੇ ਨਾਕਾ ਲਾਇਆ ਹੋਇਆ ਸੀ ਅਤੇ ਇੱਕ ਥਾਰ ਗੱਡੀ ਨੂੰ ਰੋਕ ਕੇ ਚੈੱਕ ਕੀਤਾ। ਉਹਦੇ 'ਚ ਜਿਹੜਾ ਅਕਿਊਜ਼ਡ ਸੀਗਾ ਨਵਪ੍ਰੀਤ, ਇਹਦੇ ਕੋਲੋਂ ਇੱਕ ਵੈਪਨ ਰਿਕਵਰ ਹੋਇਆ। ਵੈਪਨ ਦਾ ਉਹਨਾਂ ਨੇ ਪਰਚਾ ਦਿੱਤਾ। ਪੁਲਿਸ ਰਿਮਾਂਡ ਪੁੱਛਗਿੱਛ ਜਦੋਂ ਕੀਤੀ ਰਿਮਾਂਡ 'ਚ, ਤਾਂ ਇਹਨੇ ਕਿਹਾ ਇੱਕ ਵੈਪਨ ਹੋਰ ਇਹਦੇ ਘਰ ਪਿਆ ਸੀਗਾ ਅਤੇ ਨਾਲ 1 ਕਿਲੋ 300 ਗ੍ਰਾਮ ਹੀਰੋਇਨ ਅਤੇ 1,07,000 ਰੁਪਇਆ ਜਿਹੜਾ ਉਹ ਰਿਕਵਰੀ ਇਫੈਕਟ ਹੋਈ, ਨਾਲ ਥਾਰ ਗੱਡੀ। ਪਹਿਲੇ ਇੱਕ ਮੁਕੱਦਮਾ ਹੈਗਾ ਜੀ, ਉਹ ਸਮਾਲ ਕੁਆਂਟਿਟੀ ਦਾ, ਕਮਰਸ਼ਲ ਦਾ ਨਹੀਂ ਸੀਗਾ। ਦੇਖੋ ਇੱਕ ਜਿਹੜਾ ਹੋ ਸਕਦਾ, ਕਿਉਂਕਿ ਜਿਹੜੇ ਇੱਕ ਵੈਪਨ ਰਿਕਵਰ ਹੋਇਆ ਉਹ ਆਸਟਰੀਅਨ ਮੇਡ ਗਲੋਕ ਪਿਸਟਲ ਹੈ, ਤਾਂ ਉਹ ਤਾਂ ਆਲ ਜਿਵੇਂ ਪਤਾ ਹੀ ਹੈ, ਪਹਿਲੇ ਵੀ ਆਪਣੇ ਕੋਲ ਰਿਕਵਰੀਜ਼ ਹੁੰਦੀ ਹੈ, ਪਾਰੋਂ ਹੀ ਗਿਰ ਰਿਹਾ, ਪਿੱਛੇ ਵੀ ਉੱਥੇ ਖਾਲੜੇ ਥਾਣੇ 'ਚ ਆਏ ਸੀ, ਤਾਂ ਹੋ ਸਕਦਾ ਕੋਈ ਲਿੰਕ ਹੋਵੇ, ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ। 26 ਜਨਵਰੀ ਦੇ ਚੱਲਦਿਆਂ ਲਗਾਤਾਰ ਤਿੰਨ ਤਿੰਨ ਪੁਲਿਸ ਮੁਸਤੈਦ ਦਿਖਾਈ ਦੇ ਰਹੀ ਹੈ ਔਰ ਜ਼ਿਲ੍ਹੇ ਦੇ ਵਿੱਚ ਨਾਕੇਬੰਦੀ ਕੀਤੀ ਗਈ ਹੈ। ਇਸੇ ਦੌਰਾਨ ਅੱਜ ਤਰਨ ਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਥਾਰ ਸਵਾਰ ਨਸ਼ਾ ਤਸਕਰ ਨੂੰ ਕਾਬੂ ਕੀਤਾ, ਜਿਸ ਦੇ ਕੋਲੋਂ 1 ਕਿਲੋ 300 ਗ੍ਰਾਮ ਹੀਰੋਇਨ ਔਰ ਡਰੱਗ ਮਨੀ ਅਤੇ 9 MM ਦੇ 2 ਵਿਦੇਸ਼ੀ ਪਿਸਤੌਲ ਜਿਹੜੇ ਇੰਪੋਰਟੈਂਟ ਨੇ ਉਹ ਬਰਾਮਦ ਕੀਤੇ ਗਏ ਨੇ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਫੜਿਆ ਗਿਆ ਨਸ਼ਾ ਤਸਕਰ ਜਿਹੜਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਹ ਜੀ ਸਪੈਸ਼ਲ ਨਾਕਾਬੰਦੀ ਜਿਹੜੀ 26 ਜਨਵਰੀ ਦੇ ਰਿਪਬਲਿਕ ਡੇ ਦੇ ਸੰਬੰਧ 'ਚ ਸਾਡੀ ਚੱਲ ਰਹੀ ਹੈ। ਡੇਲੀ ਕੋਈ ਨਾ ਕੋਈ ਓਪਰੇਸ਼ਨ ਹੁੰਦਾ, ਕਦੀ ਕੈਸ ਓਪਰੇਸ਼ਨ, ਅਤੇ ਕੱਲ੍ਹ ਰਾਤ ਸਾਡੇ ਸਪੈਸ਼ਲ ਨਾਕਾਬੰਦੀ ਸੀਗੀ। ਸਬ ਇੰਸਪੈਕਟਰ ਚਰਨਜੀਤ ਜਿਹੜਾ ਉਹਨੇ ਸਰਵਿਸ ਰੋਡ ਬਾਠ ਪੁੱਲ ਪੰਡੋਰੀ ਗੋਲੇ ਨਾਕਾ ਲਾਇਆ ਹੋਇਆ ਸੀ ਅਤੇ ਇੱਕ ਥਾਰ ਗੱਡੀ ਨੂੰ ਰੋਕ ਕੇ ਚੈੱਕ ਕੀਤਾ। ਉਹਦੇ 'ਚ ਜਿਹੜਾ ਅਕਿਊਜ਼ਡ ਸੀਗਾ ਨਵਪ੍ਰੀਤ, ਇਹਦੇ ਕੋਲੋਂ ਇੱਕ ਵੈਪਨ ਰਿਕਵਰ ਹੋਇਆ। ਵੈਪਨ ਦਾ ਉਹਨਾਂ ਨੇ ਪਰਚਾ ਦਿੱਤਾ। ਪੁਲਿਸ ਰਿਮਾਂਡ ਪੁੱਛਗਿੱਛ ਜਦੋਂ ਕੀਤੀ ਰਿਮਾਂਡ 'ਚ, ਤਾਂ ਇਹਨੇ ਕਿਹਾ ਇੱਕ ਵੈਪਨ ਹੋਰ ਇਹਦੇ ਘਰ ਪਿਆ ਸੀਗਾ ਅਤੇ ਨਾਲ 1 ਕਿਲੋ 300 ਗ੍ਰਾਮ ਹੀਰੋਇਨ ਅਤੇ 1,07,000 ਰੁਪਇਆ ਜਿਹੜਾ ਉਹ ਰਿਕਵਰੀ ਇਫੈਕਟ ਹੋਈ, ਨਾਲ ਥਾਰ ਗੱਡੀ। ਪਹਿਲੇ ਇੱਕ ਮੁਕੱਦਮਾ ਹੈਗਾ ਜੀ, ਉਹ ਸਮਾਲ ਕੁਆਂਟਿਟੀ ਦਾ, ਕਮਰਸ਼ਲ ਦਾ ਨਹੀਂ ਸੀਗਾ। ਦੇਖੋ ਇੱਕ ਜਿਹੜਾ ਹੋ ਸਕਦਾ, ਕਿਉਂਕਿ ਜਿਹੜੇ ਇੱਕ ਵੈਪਨ ਰਿਕਵਰ ਹੋਇਆ ਉਹ ਆਸਟਰੀਅਨ ਮੇਡ ਗਲੋਕ ਪਿਸਟਲ ਹੈ, ਤਾਂ ਉਹ ਤਾਂ ਆਲ ਜਿਵੇਂ ਪਤਾ ਹੀ ਹੈ, ਪਹਿਲੇ ਵੀ ਆਪਣੇ ਕੋਲ ਰਿਕਵਰੀਜ਼ ਹੁੰਦੀ ਹੈ, ਪਾਰੋਂ ਹੀ ਗਿਰ ਰਿਹਾ, ਪਿੱਛੇ ਵੀ ਉੱਥੇ ਖਾਲੜੇ ਥਾਣੇ 'ਚ ਆਏ ਸੀ, ਤਾਂ ਹੋ ਸਕਦਾ ਕੋਈ ਲਿੰਕ ਹੋਵੇ, ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ।